ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਸੋ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਆਪਣਾ ਫਰਸਟ ਚੈਪਟਰ ਦਾ ਫਰਸਟ ਟਾਪਿਕ ਸਟਾਰਟ ਕਰਾਂਗੇ ਜਿਹਦਾ ਨਾਮ ਹੈਗਾ ਯਾ ਸਕਰੂ ਡ੍ਰਾਈਵਰ ਸੋ ਜਿਹੜਾ ਤੁਹਾਡਾ ਸਬਜੈਕਟ ਹੈਗਾ ਗੈਰੇਜ ਇਕਵਿਪਮੈਂਟ ਇਹਦਾ ਫਰਸਟ ਚੈਪਟਰ ਹੈਗਾ ਜੀ ਜਰਨਲ ਟੂਲਸ ਠੀਕ ਹੈ ਕਿਹੜੇ ਕਿਹੜੇ ਜਰਨਲ ਟੂਲਸ ਆਪਾਂ ਇੱਕ ਗੈਰੇਜ ਦੇ ਵਿੱਚ ਯੂਜ਼ ਕਰਦੇ ਹਾਂ ਸੋ ਲਾਸਟ ਲੈਕਚਰਸ ਦੇ ਵਿੱਚ ਅਸੀਂ ਦੋ ਟੋਪਿਕ ਕੀਤੇ ਸੀ ਮੇਨ ਇੱਕ ਸੀਗੀ ਕੰਪਰੈਸ਼ਨ ਗੇਜ ਇੱਕ ਸੀਗੀ ਵੈਕਿਊਮ ਗੇਜ ਠੀਕ ਹੈ ਜਿਹਦੇ ਨਾਲ ਆਪਾਂ ਕੰਪਰੈਸ਼ਨ ਪ੍ਰੈਸ਼ਰ ਐਂਡ ਵੈਕਿਊਮ ਪ੍ਰੈਸ਼ਰ ਚੈੱਕ ਕਰਦੇ ਆ ਸੋ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਆਪਣਾ ਫਰਸਟ ਟੋਪਿਕ ਫਰਸਟ ਚੈਪਟਰ ਦਾ ਸਟਾਰਟ ਕਰਨਾ ਆ ਸਕਰੂ ਡਰਾਈਵਰ ਸੋ ਸਾਰਿਆਂ ਨੂੰ ਪਤਾ ਹੀ ਆ ਸਕਰੂ ਡਰਾਈਵਰ ਕੀ ਹੁੰਦਾ ਆ ਕਿੱਥੇ ਕੰਮ ਆਉਂਦਾ ਆ ਤੇ ਕਿੰਨੀ ਤਰ੍ਹਾਂ ਦਾ ਹੁੰਦਾ ਆ ਠੀਕ ਹੈ ਸੋ ਆਪਾਂ ਇਹਦਾ ਇੱਕ ਡਿਟੇਲ ਦੇ ਵਿੱਚ ਦੇਖਣਾ ਹੈ ਕਿ ਐਕਚੁਅਲ ਦੇ ਵਿੱਚ ਕਿਹੜੇ-ਕਿਹੜੇ ਮਟੀਰੀਅਲਸ ਤੋਂ ਸਕਰੂ ਡ੍ਰਾਈਵਰ ਬਣਿਆ ਹੁੰਦਾ ਹੈ ਕੀ ਕੰਮ ਹੁੰਦਾ ਹੈ ਤੇ ਕਿੰਨੀ ਤਰ੍ਹਾਂ ਦੀ ਇਹਦੀ ਕਲਾਸੀਫਿਕੇਸ਼ਨ ਹੁੰਦੀ ਹੈ ਸੋ ਵਟ ਇਜ਼ ਸਕਰੂ ਡ੍ਰਾਈਵਰ ਅ ਸਕਰੂ ਡ੍ਰਾਈਵਰ ਇਜ਼ ਅ ਟੋਟਲ ਇਜ਼ ਅ ਟੂਲ ਥੈਟ ਇਜ਼ ਯੂਜ਼ਡ ਫੋਰ ਟਰਨਿੰਗ ਸਕਰੂਸ ਇਟ ਕੰਸਿਸਟ ਆਫ ਅ ਮੈਟਲ ਰੋਡ ਵਿਦ ਅ ਫਲੈਟ অর ਕਰਾਸ ਸ਼ੇਪਡ ਐਂਡ ਥੈਟ ਫਿਟਸ ਇਨਟੂ ਦੀ ਟਾਪ ਆਫ ਦੀ ਸਕਰੂ ਸੋ ਕੀ ਹੈ ਜੀ ਇਸ ਤਰ੍ਹਾਂ ਦਾ ਟੂਲ ਆ ਜਿਹੜਾ ਕਿ ਆਪਾਂ ਸਕਰੂਜ਼ ਨੂੰ ਟਰਨ ਕਰਨ ਦੇ ਲਈ ਯੂਜ਼ ਕਰਦੇ ਆ ਇਟ ਕੰਸਿਸਟ ਆਫ ਮੈਟਲ ਰੋਡ ਇੱਕ ਮੈਟਲ ਰੋਡ ਤੋਂ ਬਣਿਆ ਹੁੰਦਾ ਹੈ ਤੇ ਇਹਦਾ ਜਿਹੜਾ ਐਂਡ ਹੁੰਦਾ ਇੱਕ ਫਲੈਟ ਔਰ ਕ੍ਰੋਸ ਸ਼ੇਪਡ ਐਂਡ ਹੁੰਦਾ ਆ ਠੀਕ ਆ ਜਿਹੜਾ ਕਿ ਸਕਰੂ ਦੇ ਕੈਵਿਟੀ ਦੇ ਵਿੱਚ ਫਿਟ ਹੁੰਦਾ ਸੋ ਇਹ ਹੈਗੀ ਜੀ ਤੁਹਾਡੀ ਸਕਰੂ ਡ੍ਰਾਈਵਰ ਦੀ ਡੈਫੀਨੇਸ਼ਨ ਆ ਇੱਕ ਡਾਇਗਰਾਮ ਆ ਇੱਕ ਸਿੰਪਲ ਨੋਮਨਕਲੇਚਰ ਦੱਸਾਇਆ ਗਿਆ ਹੈ ਸਟੈਂਡਰਡ ਫਲੈਟ ਟਿਪ ਸਕਰੂ ਡ੍ਰਾਈਵਰ ਦਾ ਜਿਹੜਾ ਆਪਾਂ ਨੋਰਮਲ ਯੂਜ਼ ਦੇਖਿਆ ਹੋਣਾ ਸਾਰਿਆਂ ਨੇ ਇਹ ਤਾਂ 100% ਦੇਖਿਆ ਹੋਏਗਾ ਇਹਨੂੰ ਕਹਿੰਦੇ ਆ ਜੀ ਸਟੈਂਡਰਡ ਫਲੈਟ ਟਿਪ ਸਕਰੂ ਡ੍ਰਾਈਵਰ ਜਿਹੜੀ ਇਹਦੀ ਟਿਪ ਆ ਟਿਪ ਕਹਿੰਦੇ ਆ ਇਸ ਏਰੀਆ ਥਿਸ ਏਰੀਆ ਇਜ਼ ਟਿਪ ਠੀਕ ਹੈ ਜੀ ਸੋ ਇਸ ਟਿਪ ਦੀ ਸ਼ੇਪ ਦੇ ਅਕੋਰਡਿੰਗ ਆਪਾਂ ਸਕਰੂ ਡਰਾਇਵਰ ਦੀ ਕਲਾਸੀਫਿਕੇਸ਼ਨਸ ਕਰਨੀ ਹੈ ਕਈ ਤਰ੍ਹਾਂ ਦੇ ਹੁੰਦੇ ਆ ਇਸ ਟਿਪ ਦੇ ਅਕੋਰਡਿੰਗ ਸੋ ਇਹ ਜਿਹੜਾ ਸਾਡੇ ਸਾਹਮਣੇ ਪਿਕਚਰ ਹੈਗੀ ਆ ਇਹ ਹੈਗਾ ਸਟੈਂਡਰਡ ਟਿਪ ਫਲੈਟ ਸਕਰੂ ਡਰਾਇਵਰ ਠੀਕ ਹੈ ਸੋ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿਹੜੇ ਕਿਹੜੇ ਪਾਰਟਸ ਹੈਗੇ ਆ ਇੱਕ ਸਕਰੂ ਡਰਾਇਵਰ ਦੇ ਸਭ ਤੋਂ ਪਹਿਲਾਂ ਜਿਹੜਾ ਅਪਰ ਪੋਰਸ਼ਨ ਹੁੰਦਾ ਆ ਉਹਨੂੰ ਕਹਿੰਦੇ ਆ ਜੀ ਹੀਲ ਥਿਸ ਕਰਵਡ ਪੋਰਸ਼ਨ ਇਸ ਕਾਲਡ ਹੀਲ ਉਸ ਤੋਂ ਬਾਅਦ ਜਿਹੜਾ ਨੈਕਸਟ ਪਾਰਟ ਹੁੰਦਾ ਆ ਉਹਦਾ ਨਾਮ ਹੈਗਾ ਹੈ ਹੈਂਡਲ ਜਿਹਨੂੰ ਆਪਾਂ ਗ੍ਰੈਬ ਕਰਦੇ ਜਿਹਨੂੰ ਆਪਾਂ ਫੜਦੇ ਆ ਉਹ ਹੁੰਦਾ ਆ ਤੁਹਾਡਾ ਹੈਂਡਲ ਠੀਕ ਹੈ ਜੀ ਜਿਹੜਾ ਨੈਕਸਟ ਪੋਰਸ਼ਨ ਹੈਗਾ ਇਹ ਹੈ ਬਲੋਸਟਰ ਇਹਨੂੰ ਆਪਾਂ ਕਹਿੰਦੇ ਆ ਬਲੋਸਟਰ ਇਹ ਕਿਹੜਾ ਏਰੀਆ ਜਿੱਥੇ ਹੈਂਡਲ ਤੇ ਜਿਹੜਾ ਉਹਦੀ ਬਾਡੀ ਆ ਉਹ ਆਪਸ ਦੇ ਵਿੱਚ ਜੁੜਦੇ ਆ ਕੰਬਾਈਨ ਹੁੰਦੇ ਆ ਇਸ ਏਰੀਆ ਨੂੰ ਕਹਿੰਦੇ ਆ ਬਲੌਸਟਰ ਠੀਕ ਹੈ ਜੀ ਉਸ ਤੋਂ ਬਾਅਦ ਨੀਚੇ ਵਾਲਾ ਏਰੀਆ ਆ ਗਿਆ ਇਹ ਸਾਰੇ ਏਰੀਆ ਨੂੰ ਕਹਿੰਦੇ ਆ ਬਲੇਡ ਔਰ ਸ਼ੈਂਕ ਠੀਕ ਹੈ ਯਾਦ ਰੱਖਣਾ ਹੈ ਕਿ ਸ਼ੈਂਕ ਕੀ ਹੁੰਦੀ ਹੈ ਪੇਚਕਸ ਦੀ ਜਾਂ ਸਕਰੂ ਡਰਾਇਵਰ ਦੀ ਜਿਹੜੀ ਉਹਦੀ ਲੰਬੀ ਰੋੜ ਹੁੰਦੀ ਆ ਉਹਨੂੰ ਕਹਿੰਦੇ ਆ ਆਪਾਂ ਸ਼ੈਂਕ ਔਰ ਬਲੇਡ ਨੈਕਸਟ ਹੈ ਜੀ ਪੁਆਇੰਟ ਥਿਸ ਏਰੀਆ ਇਜ਼ ਕਾਲਡ ਪੁਆਇੰਟ ਐਂਡ ਸਭ ਤੋਂ ਨੀਚੇ ਜਿਹੜਾ ਏਰੀਆ ਹੁੰਦਾ ਆ ਜਿਹੜਾ ਕਿ ਸਕਰੂ ਦੇ ਵਿੱਚ ਜਾ ਕੇ ਉਹਨੂੰ ਟਾਈਟ ਕਰਦਾ ਆ ਉਹਦੇ ਵਿੱਚ ਬੈਠਦਾ ਆ ਉਹਨੂੰ ਕਹਿੰਦੇ ਆ ਟਿਪ ਠੀਕ ਆ ਸੋ ਇਹ ਕੁਝ ਨੋਮਨਕਲੇਚਰ ਪਾਰਟ ਸੀਗਾ ਇੱਕ ਸਕਰੂ ਡ੍ਰਾਈਵਰ ਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਆ ਤੇ ਉਹਨਾਂ ਦਾ ਕੀ ਨਾਮ ਹੈ ਨੈਕਸਟ ਬੇਟਾ ਹੁਣ ਹੈਗੀ ਆ ਕਲਾਸੀਫਿਕੇਸ਼ਨ ਆਫ ਸਕਰੂ ਡ੍ਰਾਈਵਰ ਆਪਾਂ ਸਕਰੂ ਡ੍ਰਾਈਵਰ ਨੂੰ ਕਿੰਨੀ ਤਰੀਕੇ ਦੇ ਨਾਲ ਕਲਾਸੀਫਾਈ ਕਰ ਸਕਦੇ ਆ ਤੁਹਾਡੇ ਸਾਹਮਣੇ ਕੁਝ ਨਾਮ ਹੈਗੇ ਆ ਜਿਨ੍ਹਾਂ ਦੇ ਅਕੋਰਡਿੰਗ ਆਪਾਂ ਸਕਰੂ ਡ੍ਰਾਈਵਰ ਨੂੰ ਕਲਾਸੀਫਾਈ ਕਰ ਸਕਦੇ ਹਾਂ ਠੀਕ ਹੈ ਸੋ ਇਹ ਕਲਾਸੀਫਿਕੇਸ਼ਨ ਹੋਣੀ ਆ ਉਹਦੀ ਟਿਪ ਦੇ ਅਕੋਰਡਿੰਗ ਜਿਹੜੀ ਬਿਲਕੁਲ ਐਂਡ ਤੇ ਸ਼ੇਪ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਸਟਾਰ ਪੇਚ ਕਸ ਹੁੰਦਾ ਆ ਠੀਕ ਹੈ ਮਾਈਨਸ ਪੇਚ ਕਸ ਹੁੰਦਾ ਆ ਜਿਹੜਾ ਸਲੋਟਡ ਹੁੰਦਾ ਹੈ ਸੋ ਉਹਨਾਂ ਦੇ ਸ਼ੇਪ ਦੇ ਅਕੋਰਡਿੰਗ ਆਪਾਂ ਸਕਰੂ ਡ੍ਰਾਈਵਰ ਨੂੰ ਕਲਾਸੀਫਾਈ ਕਰ ਸਕਦੇ ਹਾਂ ਠੀਕ ਹੈ ਇੱਕ ਕਲਾਸੀਫਿਕੇਸ਼ਨ ਦਹਾਨ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਵਾਂ ਕਿ ਜਿਹੜਾ ਹੈਂਡਲ ਹੁੰਦਾ ਆ ਸਕਰੂ ਡਰਾਇਵਰ ਦਾ ਜਿਹੜਾ ਹੈਂਡਲ ਹੁੰਦਾ ਆ ਆਹ ਵਾਲਾ ਏਰੀਆ ਇਹ ਮੋਸਟਲੀ ਬਣਿਆ ਹੁੰਦਾ ਆ ਵੁੱਡ ਔਰ ਹਾਰਡ ਪਲਾਸਟਿਕ ਤੋਂ ਠੀਕ ਆ ਸਾਰਿਆਂ ਨੇ ਦੇਖਿਆ ਹੁਣ ਗ੍ਰੀਨ ਕਲਰ ਦੀ ਪਲਾਸਟਿਕ ਹੁੰਦੀ ਆ ਜਾਂ ਪੁਰਾਣੇ ਟਾਈਮ ਦੇ ਵਿੱਚ ਵੁੱਡ ਯੂਜ਼ ਕਰਦੇ ਸੀ ਤਾਂ ਜੋ ਗ੍ਰਿਪ ਜਿਹੜੀ ਹੈਗੀ ਆ ਪ੍ਰੋਪਰ ਵਧੀਆ ਬੈਠ ਸਕੇ ਉਸ ਤੋਂ ਬਾਅਦ ਜਿਹੜੀ ਬਲੇਡ ਔਰ ਸ਼ੈਂਕ ਆ ਆ ਜਿਹੜੀ ਬੋਡੀ ਆ ਇਹ ਹੁੰਦੀ ਆ ਜੀ ਤੁਹਾਡੀ ਕਾਰਬਨ ਸਟੀਲ ਔਰ ਅਲੋਇਸ ਸਟੀਲ ਦੀ ਠੀਕ ਆ ਕਾਰਬਨ ਔਰ ਅਲੋਇਸ ਸਟੀਲ ਦੀ ਹੁੰਦੀ ਆ ਬੋਡੀ ਸਾਰੀ ਉਹਦੇ ਉੱਪਰ ਕ੍ਰੋਮ ਦੀ ਪਲੇਟਿੰਗ ਕੀਤੀ ਹੁੰਦੀ ਆ ਠੀਕ ਆ ਕ੍ਰੋਮ ਦੀ ਪਲੇਟਿੰਗ ਕੀਤੀ ਹੁੰਦੀ ਆ ਕਾਰਬਨ ਅਲੋਏ ਜਾਂ ਸਟੀਲ ਅਲੋਏ ਦੇ ਉੱਪਰ ਠੀਕ ਆ ਜੀ ਤੇ ਜਿਹੜੀ ਟਿਪ ਹੈਗੀ ਆ ਉਹਨੂੰ ਥੋੜਾ ਹਾਰਡਨਿੰਗ ਕੀਤੀ ਹੁੰਦੀ ਆ ਤੁਸੀਂ ਮਟੀਰੀਅਲ ਸਾਇੰਸ ਸਬਜੈਕਟ ਪੜ੍ਹਿਆ ਹੋਵੇਗਾ ਸ਼ਾਇਦ ਉਹਦੇ ਵਿੱਚ ਤੁਹਾਨੂੰ ਪਤਾ ਹੋਣਾ ਹਾਰਡਨਿੰਗ ਕੀ ਕਹਿੰਦੇ ਆ ਜੇਦੋਂ ਆਪਾਂ ਕਿਸੇ ਚੀਜ਼ ਨੂੰ ਗਰਮ ਕਰਕੇ ਇੱਕਦਮ ਠੰਡਾ ਕਰਦੇ ਹਾਂ ਤਾਂ ਉਹ ਥੋੜੀ ਹਾਰਡ ਬਣ ਜਾਂਦੀ ਹੈ। ਸੋ ਟਿਪ ਦੀ ਥੋੜੀ ਹਾਰਡਨਿੰਗ ਕੀਤੀ ਹੁੰਦੀ ਕਿਉਂਕਿ ਇਹ ਚੀਜ਼ ਜ਼ਿਆਦਾ ਯੂਜ਼ ਆਉਂਦੀ ਹੈ ਤੇ ਇਹ ਚੀਜ਼ ਜਲਦੀ ਖਸ ਜਾਂਦੀ ਹੈ। ਠੀਕ ਹੈ ਜੀ। ਸੋ ਇਹ ਸੀਗੇ ਕੁਝ ਬੋਡੀ ਪਾਰਟਸ ਜਿਹੜੇ ਮਟੀਰੀਅਲ ਤੋਂ ਬਣੇ ਹੁੰਦੇ ਆ। ਹੁਣ ਤੁਹਾਨੂੰ ਇੱਕ-ਇੱਕ ਕਰਕੇ ਜਿਹੜੇ ਸਕਰੂ ਡਰਾਇਵਰ ਆ ਉਹਨਾਂ ਬਾਰੇ ਇੱਕ ਪਿਕਚਰਸ ਦਿਖਾਣਾ ਹੈ ਜੇਤੋਂ ਤੁਹਾਨੂੰ ਕਲੀਅਰ ਹੋ ਸਕੂਗਾ ਕਿ ਸਲੋਟਡ ਸਕਰੂ ਡਰਾਇਵਰ ਕਿਹੜਾ ਹੁੰਦਾ ਹੈ। ਫਿਲਿਪਸ ਸਕਰੂ ਡ੍ਰਾਈਵਰ ਕਿਹੜਾ ਹੁੰਦਾ ਆ ਟਾਕਸ ਸਕਰੂ ਡ੍ਰਾਈਵਰ ਕਿਹੜਾ ਹੁੰਦਾ ਆ ਸੋ ਉਹਦੇ ਲਈ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਆਂ ਹਾਂਜੀ ਸੋ ਆ ਜਿਹੜਾ ਤੁਹਾਡੇ ਸਾਹਮਣੇ ਸਕਰੂ ਡ੍ਰਾਈਵਰ ਦਿਖ ਰਿਹਾ ਤੁਹਾਨੂੰ ਇਹਦਾ ਨਾਮ ਹੈਗਾ ਜੀ ਸਲੋਟਡ ਸਕਰੂ ਡ੍ਰਾਈਵਰ ਠੀਕ ਹੈ ਜੀ ਇਹ ਹੈਗਾ ਤੁਹਾਡਾ ਸਲੋਟਡ ਸਕਰੂ ਡ੍ਰਾਈਵਰ ਠੀਕ ਆ ਆ ਹੈਗੀ ਇਹਦੀ ਟਿਪ ਇਸ ਚੀਜ਼ ਨੂੰ ਆਪਾਂ ਕਹਿੰਦੇ ਆਂ ਟਿਪ ਮਤਲਬ ਕਿ ਜੇਕਰ ਆਪਾਂ ਇਹਨੂੰ ਇਧਰੋਂ ਦੀ ਦੇਖਿਆ ਜਾਵੇ ਤਾਂ ਆਹ ਟਿਪ ਹੁੰਦੀ ਹੈ ਆਹ ਏਰੀਆ ਇਹਨੂੰ ਟਿਪ ਕਰਦੇ ਆ ਸੋ ਇਹਦੇ ਅਕੋਰਡਿੰਗ ਆਪਾਂ ਸਕਰੂ ਡਰਾਈਵਰਸ ਨੂੰ ਕਲਾਸੀਫਾਈ ਕਰਦੇ ਆ ਠੀਕ ਆ ਸੋ ਸਭ ਤੋਂ ਮੋਸਟਲੀ ਪਪੂਲਰ ਸਕਰੂ ਡਰਾਈਵਰ ਹੈਗਾ ਇਹ ਦੀ ਸਕਰੂ ਡਰਾਈਵਰਸ ਹੈਜ਼ ਅ ਚੀਜ਼ਲ ਸ਼ੇਪਡ ਬਲੇਡ ਵਿਚ ਸਪੈਨ ਦਾ ਵਿਡਥ ਆਫ ਅ ਸਕਰੂ ਹੈਡ ਦੇ ਆਫਨ ਡਬਲ ਐਜ਼ ਅ ਚੀਜ਼ਲ ਇਨ ਦਾ ਐਮਰਜੈਂਸੀਜ਼ ਐਂਡ ਕੈਨ ਆਲਸੋ ਬੀ ਸਮਟਾਈਮਸ ਯੂਜ਼ਡ ਔਨ ਅ ਫਿਲਿਪਸ ਸਕਰੂ ਡਰਾਈਵਰ ਠੀਕ ਹੈ ਸੋ ਸਭ ਤੋਂ ਨਾਰਮਲ ਆਪਾਂ ਇਹ ਸਕਰੂ ਡਰਾਇਵਰ ਯੂਜ਼ ਕਰਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਸਕਰੂ ਡਰਾਇਵਰ ਦੀ ਜਿਹਦਾ ਨਾਂ ਹੈਗਾ ਫਿਲਿਪਸ ਸਕਰੂ ਡਰਾਇਵਰ ਠੀਕ ਹੈ ਜਿਹਨੂੰ ਆਪਾਂ ਸਟਾਰ ਵੀ ਕਹਿੰਦੇ ਆ ਸਟਾਰ ਪੇਚ ਕਸ ਤੁਸੀਂ ਸੁਣਿਆ ਹੋਣਾ ਸੋ ਇਹ ਹੈਗਾ ਤੁਹਾਡਾ ਫਿਲਿਪਸ ਸਕਰੂ ਡਰਾਇਵਰ ਆ ਉਹਦੀ ਟਿਪ ਆ ਟਿਪ ਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਅਗਰ ਆਪਾਂ ਸਕਰੂ ਡਰਾਇਵਰ ਦੇਖਿਆ ਜਾਵੇ ਇਹਦਾ ਇਸ ਸਾਈਡ ਤੋਂ ਜਿਹੜਾ ਵਿਊ ਹੈਗਾ ਆ ਫਰੰਟ ਵਿਊ ਦਿਖਾਇਆ ਗਿਆ ਹੈ ਟਿਪ ਦਾ ਠੀਕ ਹੈ ਇਸ ਜਗ੍ਹਾ ਦਾ ਫਰੰਟ ਥਿਊ ਦਿਖਾਇਆ ਗਿਆ ਸੋ ਇਹ ਹੈਗਾ ਤੁਹਾਡਾ ਫਿਲਿਪਸ ਸਕਰੂ ਡਰਾਇਵਰ ਠੀਕ ਹੈ ਕਲੀਅਰ ਸੋ ਨੈਕਸਟ ਟਾਕਸ ਸਕਰੂ ਡਰਾਇਵਰ ਟਾਕਸ ਹਾਂਜੀ ਇਹਨੂੰ ਕਹਿੰਦੇ ਆ ਜੀ ਟਾਕਸ ਸਕਰੂ ਡਰਾਇਵਰ ਕਈ ਜਗ੍ਹਾ ਤੇ ਜਿੱਥੇ ਜਿਹੜੇ ਸਕਰੂਜ਼ ਹੁੰਦੇ ਆ ਉੱਥੇ ਸਾਨੂੰ ਸਿਕਿਉਰਟੀ ਦੀ ਜ਼ਰੂਰਤ ਹੁੰਦੀ ਆ ਉੱਥੇ ਆਪਾਂ ਇਹ ਸਕਰੂ ਡ్రਾਈਵਰ ਯੂਜ਼ ਕਰਦੇ ਆ ਇੱਥੇ ਉੱਥੇ ਸਕਰੂਜ਼ ਯੂਜ਼ ਹੋਣਗੇ ਤੇ ਉੱਥੇ ਇਹ ਸਕਰੂ ਡ్రਾਈਵਰ ਯੂਜ਼ ਹੋਊਗਾ ਸਿਰਫ ਸ਼ੇਪਸ ਦਾ ਫਰਕ ਆ ਬਾਕੀ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ ਹਾਂਜੀ ਨੈਕਸਟ ਹੈ ਜੀ ਹੈਕਸ ਸਕਰੂ ਡ్రਾਈਵਰ ਠੀਕ ਆ ਤੁਸੀਂ ਦੇਖ ਸਕਦੇ ਆ ਜਿਹੜੀ ਟਿਪ ਆ ਆਹ ਹੈਕਸਾਗਨਲ ਸ਼ੇਪ ਦੇ ਵਿੱਚ ਠੀਕ ਆ 6 ਕੋਣੇ ਆ ਹੈਕਸਾਗਨਲ ਸ਼ੇਪ ਦੇ ਵਿੱਚ ਆ ਠੀਕ ਆ ਜੀ ਇਸ ਤਰ੍ਹਾਂ ਦੇ ਸਕਰੂ ਡ੍ਰਾਈਵਰ ਮੋਸਟਲੀ ਆਪਣੇ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਯੂਜ਼ ਕੀਤੇ ਜਾਂਦੇ ਜਿਹੜੀਆਂ ਆਪਣੀਆਂ ਕਾਰਾਂ ਹੈਗੀਆਂ ਉੱਥੇ ਜੇ ਕੋਈ ਸਕਰੂ ਡ੍ਰਾਈਵਰ ਵਿੱਚ ਲੱਗਾ ਹੋਇਆ ਕੋਈ ਜਿੱਥੇ ਵੀ ਆਪਾਂ ਕੋਈ ਕਾਰ ਬਾਈਕ ਦੇ ਵਿੱਚ ਦੇਖੀਏ ਮੋਸਟਲੀ ਹੈਕਸਾਗਨਲ ਸਕਰੂ ਡ੍ਰਾਈਵਰ ਇਸ ਹੈਕਸਾਗਨਲ ਸਕਰੂਜ਼ ਯੂਜ਼ ਹੁੰਦੇ ਆ ਤੇ ਉਹਨੂੰ ਟਾਈਟ ਜਾਂ ਲੂਜ਼ ਕਰਨ ਦੇ ਲਈ ਆਪਾਂ ਹੈਕਸ ਸਕਰੂ ਡ੍ਰਾਈਵਰ ਯੂਜ਼ ਕਰਦੇ ਆ ਹਾਂਜੀ ਨੈਕਸਟ ਹੈਗਾ ਜੀ ਰੋਬਰਟਸਟਨ ਠੀਕ ਹੈ ਬਿਲਕੁਲ ਜਿਸ ਕੇਅਰ ਸ਼ੇਪ ਹੈਗੀ ਆ ਠੀਕ ਹੈ ਉਥੇ ਆਪਾਂ ਰੋਬਸਟਨ ਸਕਰੂ ਡਰਾਇਵਰ ਯੂਜ਼ ਕਰਦੇ ਆ ਆਈ ਦੀ ਫਰੰਟ 뷰 ਆ ਟਿਪ ਦੀ ਸੋ ਮੋਸਟਲੀ ਇਹ ਸਕਰੂ ਡਰਾਇਵਰ ਯੂਜ਼ ਹੁੰਦਾ ਆ ਕੈਨੇਡਾ ਦੇ ਵਿੱਚ ਠੀਕ ਹੈ ਨੈਕਸਟ ਨੈਕਸਟ ਹੈਗਾ ਜੀ ਕਲਚ ਹੈਡ ਸਕਰੂ ਡਰਾਇਵਰ ਠੀਕ ਹੈ ਜਾਂ ਇਹਨੂੰ ਕਹਿੰਦੇ ਆ ਬਾਉਟ ਆਈ ਠੀਕ ਹੈ ਸੋ ਇਹ ਕਿੱਥੇ ਯੂਜ਼ ਹੁੰਦਾ ਹੈ ਇਹ ਵੀ ਆਪਣੇ ਕਈ ਤਰ੍ਹਾਂ ਦੇ ਵਹੀਕਲਸ ਦੇ ਵਿੱਚ ਯੂਜ਼ ਹੁੰਦਾ ਆ ਮੋਸਟਲੀ ਕਈ ਕਾਰ ਕੰਪਨੀਆਂ ਦੇ ਸਟੈਂਡਰਡਸ ਹੁੰਦੇ ਆ ਜਿੰਦਾ ਮਾਰੂਤੀ ਆ ਉਹ ਕੋਈ ਆਪਣਾ ਇੱਕ ਸਪੈਸੀਫਿਕ ਸਕਰੂ ਯੂਜ਼ ਕਰਦੀ ਹੋਊਗੀ ਇਸੇ ਤਰ੍ਹਾਂ ਇਹ ਜਿਹੜਾ ਸਕਰੂ ਡ్రਾਈਵਰ ਜਾਂ ਸਕਰੂ ਹੈਗਾ ਇਹ ਜਰਨਲ ਮੋਟਰਸ ਦੀ ਕਾਰ ਜਿੰਦਾ ਸ਼ੈਵਲੈਟ ਦੀਆਂ ਕਾਰ ਉਹਦੇ ਵਿੱਚ ਇਹ ਸਕਰੂ ਇਸ ਤਰ੍ਹਾਂ ਦੇ ਲੱਗੇ ਹੁੰਦੇ ਆ ਤੇ ਉਹਨੂੰ ਟਾਈਟ ਜਾਂ ਲੂਜ਼ ਕਰਨ ਦੇ ਲਈ ਆਪਾਂ ਕਲੱਚ ਹੈਡ ਸਕਰੂ ਡ్రਾਈਵਰ ਨੂੰ ਯੂਜ਼ ਕਰਦੇ ਆ ਹਾਂਜੀ ਨੈਕਸਟ ਹੈਗਾ ਜੀ ਫੇਅਰ ਸਨ ਸਕਰੂ ਡ੍ਰਾਈਵਰ ਠੀਕ ਹੈ ਇਹ ਵੀ ਆਲਮੋਸਟ ਅ ਫਿਲਿਪਸ ਸਕਰੂ ਡ੍ਰਾਈਵਰ ਵਾਂਗੂ ਹੀ ਹੁੰਦਾ ਜਿੰਦਾ ਸਟਾਰ ਸਕਰੂ ਡ੍ਰਾਈਵਰ ਵਾਂਗੂ ਹੀ ਹੁੰਦਾ ਬਟ ਇਹਦਾ ਸਿਰਫ ਡਿਫਰੈਂਸ ਕੀ ਆ ਫਿਲਿਪਸ ਦੇ ਨਾਲੋਂ ਕਿ ਇਹਦੇ ਜਿਹੜੇ ਕੋਰਨਰ ਆ ਉਹ 45 ਡਿਗਰੀ ਤੇ ਐਂਗਲਡ ਹੁੰਦੇ ਆ ਠੀਕ ਹੈ ਮਤਲਬ ਇੱਥੋਂ ਥੋੜੀ ਕਰਵ ਹੁੰਦੀ ਆ ਆ ਚੀਜ਼ ਥੋੜੀ ਕਰਵਡ ਹੁੰਦੀ ਆ ਸੋ ਸਿਰਫ ਇੰਨਾ ਹੀ ਡਿਫਰੈਂਸ ਆ ਇਹਦਾ ਫਿਲਿਪਸ ਸਕਰੂ ਡ੍ਰਾਈਵਰ ਦੇ ਨਾਲ ਹਾਂਜੀ ਨੈਕਸਟ ਸਕਰੂ ਡਰਾਇਵਰ ਹੈਗਾ ਜੀ ਜਿਸ ਜਪਾਨੀਜ਼ ਇੰਡਸਟਰੀਅਲ ਸਟੈਂਡਰਡ ਇਹ ਮੋਸਟਲੀ ਜਾਪਾਨ ਦੇ ਵਿੱਚ ਯੂਜ਼ ਕਰਦਾ ਹੈ ਉੱਥੇ ਜਿਹੜੇ ਸਕਰੂਜ਼ ਯੂਜ਼ ਹੁੰਦੇ ਆ ਉਹ ਇਸ ਤਰ੍ਹਾਂ ਦੇ ਹੁੰਦੇ ਆ ਸੋ ਉਹਨਾਂ ਨੂੰ ਟਾਈਟ ਜਾਂ ਲੂਜ਼ ਕਰਨ ਦੇ ਲਈ ਆਪਾਂ ਇਹ ਵਾਲਾ ਸਕਰੂ ਡਰਾਇਵਰ ਯੂਜ਼ ਕਰਦੇ ਹਾਂ ਹਾਂਜੀ ਨੈਕਸਟ ਹੈਗਾ ਜੀ ਨਟ ਡਰਾਇਵਰ ਇਹ ਵੀ ਤੁਸੀਂ ਦੇਖਿਆ ਹੀ ਹੋਣਾ ਆ ਸਾਰਾ ਜਿੱਥੇ ਆਪਾਂ ਇਹ ਜੇ ਨੂੰ ਗੋਟੀ ਕਹਿੰਦੇ ਆ ਉਹ ਆਪਾਂ ਖੋਲਣੀ ਹੋਵੇ ਤਾਂ ਉਹਦੇ ਲਈ ਆਪਾਂ ਨਟ ਡ੍ਰਾਈਵਰ ਸਕਰੂ ਡ੍ਰਾਈਵਰ ਯੂਜ਼ ਕਰਦੇ ਆ ਇਹਦੇ ਵਿੱਚ ਜਿਹੜਾ ਸਕਰੂ ਹੋਊਗਾ ਉਹ ਸੈਂਟਰ ਚ ਹੋਊਗਾ ਜਿਹੜਾ ਟਿਪ ਹੈਗੀ ਆ ਉਹ ਉਹਨੂੰ ਆਊਟਰ ਸਾਈਡ ਤੋਂ ਆਪਰੇਟ ਕਰੇਗੀ ਠੀਕ ਹੈ ਜੀ ਤੇ ਲਾਸਟ ਹੈਗਾ ਜੀ ਸਾਡਾ ਪੋਜ਼ਿਟ ਡ੍ਰਾਈਵ ਸਕਰੂ ਡ੍ਰਾਈਵਰ ਠੀਕ ਹੈ ਇਹ ਇੱਕ ਹਾਈ ਸਕਿਉਰਿਟੀ ਸਕਰੂ ਹੈਗਾ ਜਿੱਥੇ ਸਾਨੂੰ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੋਵੇ ਜਿੱਥੇ ਸਿਕਿਉਰ ਰੱਖਣਾ ਹੋਵੇ ਆਪਾਂ ਉਸ ਜਗ੍ਹਾ ਨੂੰ ਜਿੱਥੇ ਸਾਨੂੰ ਮਤਲਬ ਡਰ ਹੋਵੇ ਕਿ ਕੋਈ ਚੀਜ਼ ਉਸ ਨੂੰ ਆਰਾਮ ਨਾਲ ਖੋਲ ਸਕਦੀ ਹੈ ਬਟ ਕੋਈ ਆਰਾਮ ਨਾਲ ਖੋਲ ਨਾ ਸਕੇ ਉਸ ਜਗ੍ਹਾ ਤੇ ਆਪਾਂ ਪੋਜ਼ੀ ਡ੍ਰਿਵ ਸਕਰੂਸ ਯੂਜ਼ ਕਰਦੇ ਹਾਂ ਜਿਨ੍ਹਾਂ ਨੂੰ ਖੋਲਣ ਦੇ ਲਈ ਇੱਕ ਸਪੈਸ਼ਲ ਸਕਰੂ ਡ੍ਰਾਈਵਰ ਆਂਦਾ ਜਿਹਦਾ ਨਾਮ ਹੈਗਾ ਪੋਜ਼ੀ ਔਰ ਪੋਜ਼ੀ ਡ੍ਰਿਵ ਠੀਕ ਹੈ ਬੇਟਾ ਸੋ ਇਹ ਸੀ ਬੇਟਾ ਤੁਹਾਡਾ ਅੱਜ ਦਾ ਲੈਕਚਰ ਜਿਹਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੇ ਸਕਰੂਜ਼ ਤੇ ਸਕਰੂ ਡਰਾਇਵਰ ਦੀ ਗੱਲ ਕੀਤੀ ਠੀਕ ਹੈ ਹੁਣ ਨੈਕਸਟ ਲੈਕਚਰ ਦੇ ਵਿੱਚ ਆਪਾਂ ਸਪੈਨਰਸ ਐਂਡ ਰੈਂਚੇਸ ਬਾਰੇ ਪੜ੍ਹਾਂਗੇ ਕਿ ਸਪੈਨਰਸ ਕੀ ਹੁੰਦੇ ਆ ਕਿੰਨੀ ਤਰ੍ਹਾਂ ਦੇ ਹੁੰਦੇ ਆ ਤੇ ਉਹਦਾ ਨੋਮਨਕਲੇਚਰ ਕੀ ਹੈਗਾ ਠੀਕ ਹੈ ਅਗਰ ਕਿਸੇ ਸਟੂਡੈਂਟ ਦਾ ਕੋਈ ਡਾਊਟ ਹੋਇਆ ਤਾਂ ਮੈਨੂੰ ਨੈਕਸਟ ਲੈਕਚਰ ਦੇ ਵਿੱਚ ਆਪਣੇ ਡਾਊਟਸ ਲਿਖ ਲਿਓ ਤੇ ਮੈਨੂੰ ਕਲੀਅਰ ਕਰ ਲਿਓ ਠੀਕ ਹੈ ਥੈਂਕ ਯੂ ਬੇਟਾ